ਮੇਰੀ ਤਰਫੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਗੁੱਡ ਆਫਟਰਨੂਨ। ਇਹ ਵੀਡੀਓ ਜਿਹੜੀ ਹੈ 10+2 ਦੇ ਵਿਦਿਆਰਥੀਆਂ ਵਾਸਤੇ ਬਣਾਈ ਗਈ ਹੈ। ਜਿਹੜੀਆਂ ਵੀ ਲੜਕੀਆਂ ਨੇ 10ਵੀਂ ਜਾਂ 12ਵੀਂ ਦਾ ਇਗਜ਼ਾਮ ਦਿੱਤਾ ਹੈ ਅਤੇ ਉਹ 2-3 ਮਹੀਨੇ ਘਰ ਰਹਿਣਗੀਆਂ, ਘਰ ਰਹਿਣ ਦੀ ਬਜਾਏ ਅਸੀਂ ਤੁਹਾਨੂੰ ਇਸ ਵਰਕਸ਼ਾਪ ਵਿੱਚ ਲਿਆਏ ਹੈਗੇ, ਜਿਹੜੀ ਕਿ ਬਿਊਟੀ ਪਾਰਲਰ ਦੀ ਵਰਕਸ਼ਾਪ ਹੈ। ਇਹਦੇ 'ਚ ਉਹਨਾਂ ਵਾਸਤੇ 2 ਮਹੀਨੇ ਦਾ ਕੋਰਸ 1 ਅਪ੍ਰੈਲ 2024 ਤੋਂ ਸਟਾਰਟ ਕੀਤਾ ਜਾ ਰਿਹਾ, ਜਿਹਦੇ ਵਿੱਚ ਅਸੀਂ ਕਵਰ ਅਪ ਕਰਾਂਗੇ ਥਰਮਲ ਹੇਅਰ ਸਟਾਈਲਿਸਟ, ਥਰੈਡਿੰਗ, ਵੈਕਸਿੰਗ, ਬਲੀਚਿੰਗ, ਫੇਸ਼ੀਅਲ, ਪਾਰਟੀ ਮੇਕਅਪ, ਮੈਨੀਕਿਓਰ, ਪੈਡੀਕਿਓਰ, ਹੇਅਰ ਸਪਾ, ਹੇਅਰ ਕਟਿੰਗ, ਨੇਲ ਆਰਟ, ਮਹਿੰਦੀ, ਹੌਟ ਰੋਲਰ, ਹੇਅਰ ਕਲਰਿੰਗ ਅਤੇ ਸਾੜੀ ਪਹਿਨਣਾ। ਹੁਣ ਮੈਂ ਤੁਹਾਨੂੰ ਇਸ ਲੈਬ ਵਿੱਚ ਦੱਸਦਾ ਕਿ ਇਹ ਏਅਰ ਕੰਡੀਸ਼ਨਡ ਲੈਬ ਹੈ। ਇਹਦਾ ਵਰਕਿੰਗ ਆਵਰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਹੋਏਗਾ। ਤੁਹਾਨੂੰ ਫ੍ਰੀ 'ਚ ਪਿਕਅਪ ਦਿੱਤੀ ਜਾ ਸਕੇਗੀ ਪਟਿਆਲਾ ਓਲਡ ਬੱਸ ਸਟੈਂਡ ਜਾਂ ਨਵੇਂ ਬੱਸ ਸਟੈਂਡ ਤੋਂ, ਵੰਸ ਇਨ ਏ ਡੇ ਆਉਣ ਵਾਸਤੇ, ਇੱਕ ਵਾਰ ਜਾਣ ਵਾਸਤੇ। ਹੁਣ ਤੁਹਾਨੂੰ ਮੈਂ ਟੀਚਰ ਸਾਹਿਬਾਨ ਜੋ ਕਿ ਮੇਰੇ ਕੋਲ ਮੌਜੂਦ ਨੇ, ਇਹਨਾਂ ਮੈਂ 1 ਬਾਈ 1 ਇਹਨਾਂ ਕੋਲ ਤੁਹਾਨੂੰ ਦਿਖਾਵਾਂਗੀ ਸਾਡੇ ਕੋਲ ਕੀ ਕੀ ਇਕਵਿਪਮੈਂਟ ਹੈ ਅਤੇ ਤੁਹਾਨੂੰ ਉਹਦੀ ਕੀ ਕੀ ਟ੍ਰੇਨਿੰਗ ਦਿੱਤੀ ਜਾ ਸਕੇਗੀ। ਸਭ ਤੋਂ ਪਹਿਲਾਂ ਮੈਡਮ, ਇਹ ਕੀ ਚੀਜ਼ ਹੈ ਅਤੇ ਕਿਸ ਕੰਮ ਆਉਂਦੀ ਹੈ? ਸਰ ਇਹ ਜੰਮੀ ਹੈ, ਇਹ ਹੇਅਰ ਕੱਟ ਲਈ ਕੰਮ ਆਉਂਦੀ ਹੈ, ਹੇਅਰ ਕਟਿੰਗ ਸਿਖਾਉਣ ਲਈ ਬੱਚਿਆਂ ਦੇ ਕੰਮ ਆਉਂਦੀ। ਹਾਂਜੀ। ਦੈਨ ਇਹ ਮੇਕਅਪ ਦਾ ਮਟੀਰੀਅਲ ਹੈ ਮੇਕਅਪ ਸਿਖਾਉਣ ਲਈ। ਓਕੇ, ਨੈਕਸਟ ਵਨ ਦਿਸ ਇਹ ਜੰਮੀ ਤੇ ਆਪਾਂ ਸਰ ਹੇਅਰ ਸਟਾਈਲ ਵਗੈਰਾ ਕਰਦੇ ਹਾਂ ਜੀ। ਆ ਕੀ ਇਨਸਟਰੂਮੈਂਟ ਹੈ? ਸਰ ਇਹ ਸੈਨੇਟਾਈਜ਼ਰ ਹੈ, ਟੂਲਸ ਆਪਣੇ ਕੋਈ ਵੀ ਟੂਲਸ ਨੇ ਉਹਨਾਂ ਨੂੰ ਸੈਨੇਟਾਈਜ਼ ਕਰਨਾ। ਸੈਨੇਟਾਈਜ਼ ਕਰਨਾ। ਹਾਂਜੀ। ਆ ਕੀ ਚੀਜ਼ ਹੈ? ਇਹ ਵੀ ਸੈਨੇਟਾਈਜ਼ਰ ਹੈ ਸਰ, ਇਹ ਬੋਇਲਿੰਗ ਸੈਨੇਟਾਈਜ਼ਰ ਹੈ। ਓਕੇ ਜੀ। ਇਹ ਡਰਾਇਰ ਹੈ, ਇਹ ਆਈਨਿੰਗ ਹੈ, ਥਰਮਲ ਹੇਅਰ ਸਟਾਈਲ ਲਈ ਜੀ। ਇਹ ਕੀ ਚੀਜ਼ ਹੈ ਸਰ? ਇਹ ਹੈਗਾ ਮੈਨੀਕਿਓਰ ਲਈ, ਉਹ ਹੈਗਾ ਪੈਡੀਕਿਓਰ ਲਈ। ਇਹ ਪੈਡੀਕਿਓਰ ਲਈ ਯੂਜ਼ ਕਰਦੇ ਹਾਂ, ਮੈਨੀਕਿਓਰ ਲਈ ਯੂਜ਼ ਕਰਦੇ ਹਾਂ। ਓਕੇ। ਤੇ ਇਹ ਵਾਸ਼ ਬੇਸਿਨ ਲਗਾਏ ਗਏ ਨੇ ਕਿ ਜੇ ਹੇਅਰ ਟਾਈਮ ਜਾਂ ਕੋਈ ਵੀ ਡਾਈਮ ਦਾ ਕੰਮ ਕੀਤਾ ਹੋਵੇ ਤੇ ਬਾਅਦ 'ਚ ਇਹਦੇ 'ਚ ਫੇਸ ਵਗੈਰਾ ਧੋਇਆ ਜਾ ਸਕਦਾ ਹੈ। ਆਹ ਕੀ ਚੀਜ਼ ਹੈ? ਇਹ ਸਰ ਹੇਅਰ ਸਪਾ ਲਈ ਸਟੀਮ ਹੈ। ਹੇਅਰ ਸਪਾ ਕਰਨ ਤੋਂ ਬਾਅਦ ਸਟੀਮ ਦਿੱਤੀ ਜਾਂਦੀ ਹੈ, ਸਟੀਮ ਲਗਾਉਣ। ਓਕੇ ਜੀ। ਇਹ ਹੈਡ ਵਾਸ਼ ਕਰਨ ਲਈ। ਹੈਡ ਵਾਸ਼ ਕਰਨ ਵਾਸਤੇ। ਇਹ ਵੀ ਸੇਮ ਹੈਡ ਵਾਸ਼ ਲਈ ਹੈ। ਹਾਂਜੀ, ਸਟੀਮ। ਉਹ ਵੀ ਹੈਡ ਵਾਸ਼ ਲਈ ਹੈ। ਜੀ। ਆਹ ਕੀ ਚੀਜ਼ ਹੈ? ਇਹ ਫੇਸ ਸਟੀਮਰ ਹੈ ਸਰ, ਫੇਸ਼ੀਅਲ ਕਰਨ ਤੋਂ ਬਾਅਦ ਸਟੀਮ ਦਿੱਤੀ ਜਾਂਦੀ ਹੈ, ਸਕ੍ਰਬਿੰਗ ਤੋਂ ਬਾਅਦ ਸਟੀਮਰ ਹੈ। ਇਹ ਫੇਸ਼ੀਅਲ ਬੈਡ। ਇਹ ਫੇਸ਼ੀਅਲ ਬੈਡਸ ਨੇ ਜੀ। ਤੇ ਆਹ ਅੱਗੇ ਇਹ ਅੱਗੇ ਸਰ ਮੇਕਅਪ ਲਈ ਰੱਖੇ ਹੋਏ ਨੇ, ਸਟੂਡੈਂਟ ਜਿਵੇਂ ਅੱਗੇ ਆਉਂਦੇ ਨੇ ਜ਼ਿਆਦਾ ਤਾਂ ਉਹਨਾਂ ਨੂੰ ਬੱਚਿਆਂ ਦੇ। ਠੀਕ ਹੈ, ਗੁੱਡ। ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਦੇਖੋਗੇ ਇਹ ਫੁੱਲ ਪਲੈਟ ਏਅਰ ਕੰਡੀਸ਼ਨ ਲੈਬ ਹੈ। ਅਸੀਂ ਬੇਨਤੀ ਕਰਾਂਗੇ ਕਿ ਜਿਹੜੇ ਵੀ ਪੇਰੈਂਟਸ ਦੇ ਲੜਕੀਆਂ ਨੇ ਜਿਹੜੀਆਂ ਕਿ 10+2 ਪਾਸ ਨੇ ਜਾਂ BA ਕਰਨ ਤੋਂ ਬਾਅਦ ਘਰ ਵਿਹਲੀਆਂ ਬੈਠੀਆਂ ਹੋਈਆਂ ਨੇ, ਤੁਸੀਂ ਅਕਸਰ ਦੇਖਿਆ ਹੋਣਾ ਕਿ ਭਾਰਤ ਵਿੱਚ ਬਿਊਟੀ ਪਾਰਲਰ ਦਾ ਕੰਮ ਬਹੁਤ ਜ਼ਿਆਦਾ ਵੱਧ ਗਿਆ ਹੈ। ਡੋਰ ਟੂ ਡੋਰ ਸਰਵਿਸ ਹੋ ਚੁੱਕੀ ਹੈ, ਕੋਈ ਆਪਦੀ ਬਿਊਟੀ ਪਾਰਲਰ ਖੋਲ੍ਹਣ ਵਾਸਤੇ ਬਹੁਤੇ ਪੈਸਿਆਂ ਦੀ ਲੋੜ ਨਹੀਂ ਹੁੰਦੀ। ਤੁਸੀਂ ਸਾਡੇ ਕੋਲੋਂ 2 ਮਹੀਨੇ ਦਾ ਕੰਮ ਸਿੱਖੋ, ਉਸ ਤੋਂ ਬਾਅਦ ਜਦੋਂ ਅਗਲੇ ਦੀ ਪੜ੍ਹਾਈ ਦੇ ਨਾਲ ਨਾਲ ਤੁਸੀਂ ਸ਼ਾਮ ਨੂੰ ਜਾਂ ਵੀਕਐਂਡ ਦੇ ਉੱਤੇ ਐਕਸਟਰਾ ਪੈਸੇ ਕਮਾ ਸਕਦੇ ਜੀ, ਅਤੇ ਉਹਦੇ ਉੱਤੇ ਪੇਰੈਂਟਸ ਦੇ ਉੱਪਰ ਬਹੁਤਾ ਬੋਝ ਨਹੀਂ ਪਏਗਾ। ਦੂਸਰਾ ਕੀ ਹੈ ਕਿ ਬਹੁਤ ਸਾਰੀਆਂ ਕੁੜੀਆਂ ਬਾਹਰਲੇ ਦੇਸ਼ਾਂ 'ਚ ਪੜ੍ਹਨ ਲਈ ਜਾਂਦੀਆਂ ਨੇ, ਉਹਨਾਂ ਦੇਸ਼ਾਂ 'ਚ ਉਹਨਾਂ ਨੂੰ ਕੰਮ ਕਰਨਾ ਅਲਾਊਡ ਹੁੰਦਾ ਹੈ, ਪਰ ਕਿਉਂਕਿ ਜੇਕਰ ਇੱਥੋਂ ਬਿਊਟੀ ਪਾਰਲਰ ਦਾ ਕੰਮ ਸਿੱਖ ਕੇ ਜਾਣਗੀਆਂ
ਤਾਂ ਵਿਦੇਸ਼ਾਂ ਵਿੱਚ ਰਹਿੰਦਿਆਂ ਹੋਇਆਂ ਪੜ੍ਹਾਈ ਕਰਦਿਆਂ ਹੋਇਆਂ ਉਹ ਆਪਦਾ ਬਿਊਟੀ ਪਾਰਲਰ ਦੀ ਨੌਕਰੀ ਕਰ ਸਕਦੀਆਂ ਨੇ, ਆਪਦਾ ਪ੍ਰਾਈਵੇਟ ਕੰਮ ਕਰ ਸਕਦੀਆਂ ਨੇ ਜਿਹਦੇ 'ਚ ਉਹਨਾਂ ਨੂੰ ਕੈਸ਼ ਮਿਲ ਸਕਦਾ ਹੈ ਅਤੇ ਉਹਨਾਂ ਨੂੰ ਇਨਕਮ ਆਪਦੇ ਖਰਚੇ ਮੀਟਅਪ ਕਰਨ ਵਾਸਤੇ ਬਹੁਤੀ ਪਰੇਸ਼ਾਨੀ ਨਹੀਂ ਹੋਏਗੀ। ਹੋਰ ਜਾਣਕਾਰੀ ਵਾਸਤੇ ਉੱਪਰ ਦਿੱਤੇ ਗਏ ਫੋਨ ਨੰਬਰਾਂ 'ਤੇ ਮੰਡੇ ਟੂ ਫਰਾਈਡੇ ਸਵੇਰੇ 10 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਸਾਡੇ ਕੋਲੋਂ ਫ੍ਰੀ ਆਫ ਕੋਸਟ ਕੋਈ ਵੀ ਜਾਣਕਾਰੀ ਲੈ ਸਕਦੇ ਜੀ। ਰਜਿਸਟ੍ਰੇਸ਼ਨ ਚਾਲੂ ਹੈ, ਕਲਾਸਾਂ 1 April 2024 ਤੋਂ ਚਾਲੂ ਹੋਣਗੀਆਂ। ਟਾਈਮਿੰਗ ਸਵੇਰੇ 10 ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਫ੍ਰੀ ਪਿਕਅਪ ਅਤੇ ਡਰੋਪ ਆਫ ਅਸੀਂ ਪ੍ਰੋਵਾਈਡ ਕਰਨ ਜਾ ਰਹੇ ਹਾਂ। ਥੈਂਕ ਯੂ ਵੈਰੀ ਮੱਚ, ਸਟੇ ਕਨੈਕਟਡ ਵਿਦ ਅਸ।